ਇਨੀ ਦਿਨੀ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਸਿਤਾਰਿਆਂ ਦੀ ਮੌਤ ਦੇ ਕਾਰਨ ਹਲਚਲ ਮੱਚੀ ਹੋਈ ਆ। ਇੱਕ ਵਾਰ ਫਿਰ ਇੱਕ ਗਾਇਕ ਦੀ ਮੌਤ ਹੋ ਗਈ ਆ। ਮਸ਼ਹੂਰ ਗਾਇਕ ਪਿਛਲੇ 3 ਸਾਲਾਂ ਤੋਂ ਕੋਮਾ ਦੇ ਵਿੱਚ ਸਨ ਤੇ ਅੱਜ ਯਾਨੀ ਕਿ 7 ਸਤੰਬਰ ਨੂੰ ਸਵੇਰੇ ਉਹਨਾਂ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਏ। ਉਹਨਾਂ ਦੇ ਦੇਹਾਂਤ ਦੇ ਨਾਲ ਪੂਰੀ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਹਰ ਕੋਈ ਸੋਚ ਰਿਹਾ ਹੈ ਕਿ ਉਹਨਾਂ ਦਾ ਚਹੇਤਾ ਗਾਇਕ ਇਸ ਦੁਨੀਆਂ ਨੂੰ ਕਿਵੇਂ ਛੱਡ ਸਕਦਾ ਏ। ਇਹ ਕੋਈ ਹੋਰ ਨਹੀਂ ਸਗੋਂ ਗਾਇਕ ਲੀ ਤਾਏ ਗਿਉਨ ਹੈ, ਜੋ ਇੱਕ ਕੋਰੀਅਨ ਗਾਇਕ ਹੈ। ਗਾਇਕ ਲੀ ਤਾਏ ਗਿਉਨ ਦੀ ਸਿਰਫ 41 ਸਾਲ ਦੀ ਉਮਰ ਦੇ ਵਿੱਚ ਹੀ ਮੌਤ ਹੋ ਗਈ ਆ ਤੇ ਰਿਪੋਰਟ ਦੇ ਮੁਤਾਬਿਕ ਕੋਵਿਡ ਵੈਕਸੀਨ ਦੇ ਮਾੜੇ ਪ੍ਰਭਾਵਾਂ ਦੇ ਕਾਰਨ ਉਸਦੀ ਮੌਤ ਹੋ ਗਈ ਆ। ਉਸਦੇ ਦੇਹਾਂਤ ਦੇ ਨਾਲ ਉਸਦਾ ਪਰਿਵਾਰ ਪੂਰੇ ਸਦਮੇ ਦੇ ਵਿੱਚ ਆ ਤੇ ਉਸਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ। ਉਸਦੀ ਪਤਨੀ ਨੂੰ ਵਿਸ਼ਵਾਸ ਨਹੀਂ ਕਰ ਸਕਦੀ ਕਿ ਉਸਦਾ ਪਤੀ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਇਸ ਦੇ ਨਾਲ ਹੀ ਉਹਨਾਂ ਦੇ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ ਤੇ ਗਾਇਕ ਨੂੰ ਸ਼ਰਧਾਂਜਲੀਆਂ ਦੇ ਰਹੇ ਆ ਤੇ ਪੂਰਾ ਦੇਸ਼ ਕੋਰੋਨਾ ਦੇ ਕਹਿਰ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਬਚਣ ਦੇ ਲਈ ਹਰ ਦੇਸ਼ ਦੀ ਸਰਕਾਰ ਨੇ ਵੈਕਸੀਨ ਉਪਲਬਧ ਕਰਵਾਈ ਆ ਤੇ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਟੀਕੇ ਲਗਵਾ ਰਹੇ ਆ ਤੇ ਬਹੁਤ ਸਾਰੇ ਲੋਕਾਂ ਨੇ ਇਸ ਦੇ ਮਾੜੇ ਪ੍ਰਭਾਵ ਵੀ ਦੇਖਿਆ। ਰਿਪੋਰਟ ਦੇ ਅਨੁਸਾਰ ਗਾਇਕ ਲੀ ਤਾਏ ਗਿਉਨ ਨੇ ਫਾਈਬਰ ਕੋਵਿਡ ਵੈਕਸੀਨ ਦੀ ਤੀਜੀ ਖੁਰਾਕ ਲੈਣ ਤੋਂ ਬਾਅਦ ਗੰਭੀਰ ਮਾੜੇ ਪ੍ਰਭਾਵਾਂ ਦੇ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਸਿਰ ਦਰਦ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਹੋਣ ਲੱਗੀਆਂ ਸੀ। ਦੱਸਿਆ ਜਾਂਦਾ ਹੈ ਕਿ ਗਿਉਨ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਤੇ ਇਸ ਤੋਂ ਬਾਅਦ ਉਹਨਾਂ ਨੂੰ ਖੂਨ ਵਹਿਣ ਲੱਗ ਪਿਆ, ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ICU ਦੇ ਵਿੱਚ ਭਰਤੀ ਕਰਵਾਉਣਾ ਪਿਆ। ਇਹ ਨਹੀਂ ਕਿਹਾ ਗਿਆ ਕਿ ਉਸ ਨੂੰ ਖੂਨ ਦੀ ਲੋੜ ਹੈ। ਨਤੀਜਾ ਇਹ ਨਿਕਲਿਆ ਕਿ ਗਿਉਨ 2021 ਤੋਂ 3 ਸਾਲਾਂ ਦੇ ਵਿੱਚ ਕੋਮਾ ਦੇ ਵਿੱਚ ਹੈ ਤੇ ਉਹ 3 ਸਾਲ ਦੇ ਬਾਅਦ ਉਸਦੀ ਅੱਜ ਮੌਤ ਹੋ ਗਈ ਆ।